ਸੀ ਕਿ ਅਜੇ ਸਾਨੂੰ ਸਮਾਂ ਦਿਓ, ਅਜੇ ਸਾਡੀ ਕਾਰਜਕਾਰੀ ਤੇ ਅਸੀਂ ਆ ਨਵੇਂ ਆ, ਸੋਚਣ ਲਈ ਸਮਝਣ ਦੇ ਲਈ ਸਾਨੂੰ ਸਮਾਂ ਲੱਗੂਗਾ। ਪਰ ਇਹ ਸੋਚ ਸਮਝ ਦੀ ਘਾਟ ਜਾਂ ਫਿਰ ਜਾਣ ਬੁੱਝ ਕੇ ਵਿਜ਼ਨ ਨੂੰ ਅਣਗੌਲੇ ਕਰਕੇ ਇੱਕ ਦੇਸੀ ਜੁਗਾੜ ਦੀ ਤਰ੍ਹਾਂ ਸਰਕਾਰ ਚਲਾਉਣਾ ਜਾਂ ਕਹਿ ਲਓ ਕਿ ਦਿੱਲੀ ਦੀ ਤਰਜ਼ ਦੇ ਉੱਤੇ ਜੋ ਕੁਛ ਹੋ ਰਿਹਾ ਉਹਨੂੰ ਲੈ ਕੇ ਸਰਕਾਰ ਦੇ ਵਿੱਚ ਜਿਹੜਾ ਆਪਸੀ ਮਾਹੌਲ ਹੈ ਉਹ ਸੁਖਾਵਾਂ ਨਹੀਂ ਹੈਗਾ। ਹੁਣ ਜਿਹੜੀਆਂ ਖਬਰਾਂ ਨੇ ਕਿ ਆਪ ਸਰਕਾਰ 'ਚ ਪੰਜਾਬ ਦੀ ਇਕਾਈ 'ਚ ਕੁਛ ਠੀਕ ਨਹੀਂ ਹੈਗਾ, ਰਾਘਵ ਚੱਡਾ ਨੂੰ ਲੈ ਕੇ ਵੱਡੇ ਵਿਵਾਦ ਨੇ, ਆਪਸੀ ਭਗਵੰਤ ਮਾਨ ਤੇ ਰਾਘਵ ਚੱਡਾ ਦੇ ਵਿਵਾਦ ਨੇ। ਗੱਲ ਤਾਂ ਇੱਥੋਂ ਤੱਕ ਕਹਿਤੀ ਭਗਵੰਤ ਮਾਨ ਨੇ ਕਿ ਹੋਰ ਅਸੀਂ ਕਿੰਨਾ ਕੁ ਝੱਲਾਂਗੇ, ਜੋ ਅੰਦਰੋਂ ਸੂਤਰਾਂ ਮੁਤਾਬਕ ਖਬਰ ਹੈ। ਦੂਜੀ ਖਬਰ ਲਵਾਂਗੇ ਕਿ ਜੋ ਸਿਹਤ ਮੰਤਰੀ ਚੇਤਨ ਸਿੰਘ ਜੌੜੇ ਮਾਜਰਾ ਤੇ ਵੀਸੀ ਸਾਹਿਬ ਦਾ ਆਪਸੀ ਟੱਕਰ ਆਇਆ ਉਹਦੇ ਤੇ ਵੀ ਗੱਲਬਾਤ ਕਰਾਂਗੇ। ਦੂਜੇ ਪਾਸੇ ਆਮ ਆਦਮੀ ਪਾਰਟੀ, ਦੂਜੇ ਪਾਸੇ ਬੁੱਧੀਜੀਵੀ ਇਹ ਗੱਲ ਵੀ ਕਹਿੰਦੇ ਨੇ ਕਿਤੇ ਆਮ ਆਦਮੀ ਪਾਰਟੀ ਦਾ ਜੋ ਪੰਚਾਇਤੀ ਵਿਭਾਗ ਹੈ ਉਹ ਸਾਰੇ ਦਾ ਸਾਰਾ ਕਿਤੇ ਕਟਹਿਰੇ ਚ ਖੜਾ ਨਾ ਹੋ ਜੇ ਅਦਾਲਤ ਦੇ ਵਿੱਚ, ਜਿਸ ਤਰ੍ਹਾਂ ਦੀ ਕਾਰਜਕਾਰੀ ਤੇ ਕੰਮ ਕੀਤਾ ਜਾ ਰਿਹਾ ਪੰਚਾਇਤੀ ਜ਼ਮੀਨਾਂ ਨੂੰ ਚਲਾਉਣ ਦੇ ਮਾਮਲੇ ਦੇ ਵਿੱਚ ਲੈ ਕੇ। ਬੀਤੇ ਕੱਲ ਵੀ ਜ਼ਮੀਨਾਂ ਛੁਡਾਈ ਗਈਆਂ ਨੇ, ਸਿਮਰਨਜੀਤ ਸਿੰਘ ਮਾਨ ਦੇ ਪਰਿਵਾਰ ਦਾ ਉਹਦੇ ਚ ਨਾਮ ਆਉਂਦਾ, ਉਹ ਤੋਂ ਬਾਅਦ ਕਾਫੀ ਕੁਛ ਡਾਕੂਮੈਂਟ ਨਿਕਲ ਕੇ ਵੀ ਆ ਗਏ ਕਿ ਕਿਵੇਂ ਕਿਵੇਂ ਉਹਦੇ ਚ ਕੋਰਟ ਦੀ ਜੱਜਮੈਂਟ ਵੀ ਉਹਦੇ ਤੇ ਸੁਖਪਾਲ ਸਿੰਘ ਖਹਿਰਾ ਨੇ ਪੋਸਟ ਕੀਤੀ ਆਪਣੀ ਉਹਦੇ ਤੇ। ਪਰ ਸਭ ਤੋਂ ਪਹਿਲਾਂ ਇੱਥੋਂ ਜੋ ਗੱਲ ਵਾਰ ਵਾਰ ਪੰਜਾਬੀ ਕਹਿੰਦੇ ਸੀ ਕਿ ਰਾਘਵ ਚੱਡਾ ਜਾਂ ਦਿੱਲੀ ਦਾ ਕੋਈ ਹੋਰ ਲੀਡਰ ਝੱਲਣਾ ਨਹੀਂ ਪੰਜਾਬ ਨੇ ਹੈਗਾ, ਤਾਂ ਤੁਸੀਂ ਸਿੱਧੇ ਦਰਵਾਜ਼ੇ ਉਬਾੜ ਲਿਓ ਜਾਂ ਪਿਛਲੇ ਦਰਵਾਜ਼ੇ ਉਬਾੜ ਲਿਓ, ਜਿਵੇਂ ਰਾਘਵ ਚੱਡਾ ਦੀ ਕੋਸ਼ਿਸ਼ ਕੀਤੀ ਗਈ ਸੀ। ਹੁਣ ਲੋਕ ਤਾਂ ਗੱਲ ਕਹਿੰਦੇ ਸੀ ਵਿਵਾਦ ਆਪਸ ਦੇ ਵਿੱਚ ਸਰਕਾਰ ਦਾ ਹੋ ਗਿਆ। ਜੀ ਪਰਮਿੰਦਰ ਜੀ, ਗੁਰਜਿੰਦਰ ਜੀ, ਰਾਘਵ ਚੱਡਾ ਜਿਹੜਾ ਨਾਮ ਹੈਗਾ ਉਹ ਆਪਾਂ ਕਹਿ ਲਓ ਕਿ ਜਿੱਦਾਂ ਸੋਸ਼ਲ ਮੀਡੀਆ ਤੇ ਵੀ ਕਾਫੀ ਰੌਲਾ ਪਿਆ, ਕਿਤੇ ਨਾ ਕਿਤੇ ਅੱਗੇ ਜਾ ਕੇ ਕੇਜਰੀਵਾਲ ਦੀ ਸਾਂਝ ਹੈ, ਕਿਸੇ ਰਿਸ਼ਤੇਦਾਰੀ ਚ ਨਾ ਬਦਲਦੀ ਜਾਂ ਬਦਲ ਜਾਣੀ ਆ, ਕਿਸੇ ਤਰ੍ਹਾਂ ਦਾ ਕੋਈ ਏਦਾਂ ਦਾ ਸਾਂਝ ਪਰਪੱਕ ਹੋਣੀ ਹੈ। ਹੋ ਸਕਦਾ ਕੋਈ ਉਸ ਸਾਂਝ ਨੂੰ ਲੈ ਕੇ ਨਵੀਆਂ ਰਣਨੀਤੀਆਂ ਹੋਣਗੀਆਂ ਜਿਹੜੀਆਂ ਅੱਗੇ ਲਿਆਂਦਾ ਜਾਇਆ ਗਿਆ ਇਹਨੂੰ ਜਾਂ ਲਿਆਂਦਾ ਜਾ ਰਿਹਾ ਹੈ। ਖਾਸ ਕਰ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਨਾ, ਪੰਜਾਬ ਦੇ ਵਿੱਚ ਰਾਘਵ ਚੱਡਾ ਦਾ ਕਾਫੀ ਬੋਲਬਾਲਾ ਹੈ। ਕਿਤੇ ਨਾ ਕਿਤੇ ਜਾ ਕੇ ਜਦੋਂ ਸਰਕਾਰ ਦੀ ਗੱਲ ਆਉਂਦੀ ਹੈ ਜਾਂ ਭਗਵੰਤ ਮਾਨ ਹੋਰਾਂ ਦੀ ਗੱਲ ਆਉਂਦੀ ਹੈ, ਰਾਘਵ ਚੱਡਾ ਨੂੰ ਉੱਪਰ ਕਰ ਲਿਆ ਜਾਂਦਾ। ਹੁਣ ਇਹਦੇ ਵਿੱਚ ਲੱਗਦਾ ਤਾਂ ਇਹ ਬਹੁਤ ਜ਼ਿਆਦਾ ਖਾਸ ਜਿਹੜਾ ਬੰਦਾ ਹੈਗਾ ਅਰਵਿੰਦ ਕੇਜਰੀਵਾਲ ਦਾ, ਆਪਾਂ ਇਹ ਕਹਿੰਦੇ ਹੋਏ ਉਹਨਾਂ ਦੀ ਕੁਆਲੀਫਿਕੇਸ਼ਨ ਜਾਂ ਉਹਨਾਂ ਦੀ ਲਿਆਕਤ ਜਾਂ ਤਜਰਬੇ ਦੇ ਕੋਈ ਕੁਐਸਚਨ ਆਪਾਂ ਕਰ ਸਕੀਏ ਜਾਂ ਮੀਡੀਆ ਕਰਦਾ ਹੋਵੇ, ਕਿਉਂਕਿ ਕਈ ਵਾਰ ਕਿਸੇ ਕੋਲ ਬਹੁਤ ਜ਼ਿਆਦਾ ਤਜਰਬਾ ਕਹਿ ਲਓ ਜਾਂ ਲਿਆਕਤ ਕਹਿ ਲਓ ਜਾਂ ਪੜ੍ਹਾਈ ਕਹਿ ਲਓ ਉਹ ਹੁੰਦੀ ਹੈ ਪਰ ਲੁਕੀ ਰਹਿੰਦੀ ਹੈ। ਤੋ ਇਹ ਕਿਸੇ ਕੋਲ ਮਜਰਮੈਂਟ ਇੱਦਾਂ ਦਾ ਪੈਮਾਨਾ ਨਹੀਂ ਹੈਗਾ ਕਿ ਕਰ ਸਕੇ ਕਿਸੇ ਦੀ ਕਾਬਲੀਅਤ ਨੂੰ ਨਾਪ ਸਕੇ, ਉਹ ਗੱਲ ਬਾਅਦ ਚ ਸਾਹਮਣੇ ਆਉਂਦੀ ਜਦੋਂ ਤਜਰਬੇਕਾਰ ਬੰਦਾ ਕੋਈ ਆ ਕੇ ਕੰਮ ਕਰਕੇ ਦਿਖਾਉਂਦਾ, ਉਹ ਵੱਖਰੀ ਗੱਲ ਹੈ ਕਿ ਰਾਘਵ ਚੱਡਾ ਚ ਇੱਦਾਂ ਦਾ ਕੋਈ ਗੁਣ ਹੈ ਜਾਂ ਨਹੀਂ ਹੈ ਤਾਂ ਉਹਦੀ ਕਾਬਲੀਅਤ ਉਹ ਕੰਮ ਕਰਨ ਤੋਂ ਬਾਅਦ ਪਤਾ ਲੱਗੂ। ਲੇਕਿਨ ਜਿਸ ਤਰੀਕੇ ਦੇ ਨਾਲ ਉਸਨੂੰ ਪੰਜਾਬ ਦੇ ਵਿੱਚ ਅੱਗੇ ਕੀਤਾ ਜਾ ਰਿਹਾ, ਪੰਜਾਬ ਦੇ ਵਿੱਚ ਉਹਨੂੰ ਲਿਆਂਦਾ ਜਾ ਰਿਹਾ ਜਾਂ ਪ੍ਰਮੋਟ ਕੀਤਾ ਜਾ ਰਿਹਾ, ਉਹ ਜਿਹੜਾ ਹੈਗਾ ਉਹ ਸਿਆਸੀ ਸਫ਼ਾ ਦੇ ਵਿੱਚ ਐਂ ਕਹਿ ਲਓ ਸਵਾਲੀਆ ਨਿਸ਼ਾਨ ਪੈਦਾ ਕਰਦਾ। ਜੇ ਉਹਦੇ ਕੋਲ ਕੋਈ ਏਦਾਂ ਦੀ ਕਾਬਲੀਅਤ ਹੈ ਸੀ ਤਾਂ ਸ਼ੁਰੂ ਦੇ ਵਿੱਚ ਭਗਵੰਤ ਮਾਨ ਹੋਰਾਂ ਨੂੰ ਜਾਂ ਪੰਜਾਬ ਦਾ ਹੀ ਲੀਡਰ ਕੋਈ ਅੱਗੇ ਆਉਣਾ ਬੀ ਸੀ ਐਮ ਚਿਹਰਾ ਹੋਣਾ ਚਾਹੀਦਾ, ਉਹ ਕਰਨ ਦੀ ਲੋੜ ਹੀ ਨਹੀਂ ਸੀ। ਸਿੱਧੇ ਤੌਰ ਤੇ ਕਹਿੰਦੇ ਕਿ ਰਾਘਵ ਚੱਡਾ ਸੀ ਐਮ ਹੋਊਗਾ, ਜਿੱਤ ਹਾਰ ਪਾਰਟੀ ਦੀ ਆਪਣੀ ਹੁੰਦੀ, ਫਿਰ ਉਹ ਰਾਘਵ ਚੱਡਾ ਦੇ ਨਾਂ ਤੇ ਗੇਮ ਖੇਡਣੀ ਚਾਹੀਦੀ ਸੀ ਤਾਂ ਖੇਡ ਲੈਂਦੇ। ਹੁਣ ਜਦੋਂ ਭਗਵੰਤ ਸਿੰਘ ਮਾਨ ਹੋਰਾਂ ਦੇ ਨਾਮ ਤੇ ਮੋਹਰ ਲਾ ਕੇ ਇਹਨਾਂ ਨੇ ਜਦੋਂ ਪੰਜਾਬ ਨੂੰ ਜਿੱਤ ਲਿਆ ਤੇ ਪੰਜਾਬ ਵਿੱਚ ਸਰਕਾਰ ਜਦੋਂ ਚਲਾਉਣੀ ਹੈ ਤਾਂ ਉਹ ਭਗਵੰਤ ਮਾਨ ਨੂੰ ਚਲਾਉਣੀ ਦੇਣੀ ਚਾਹੀਦੀ ਹੈ, ਨਾ ਕਿ ਕੇਜਰੀਵਾਲ ਸੁਪਰੀਮ ਬਣ ਕੇ ਇੱਥੇ ਵੀ ਕਹੇ ਕਿ ਮੈਂ ਹੀ ਰਾਜ ਕਰਨਾ, ਏਦਾਂ ਨਹੀਂ ਹੋਊਗਾ। ਉਹ ਸ਼ੁਰੂ ਤੋਂ ਹੀ ਕੇਜਰੀਵਾਲ ਮੈਨੂੰ ਲੱਗਦਾ ਕਿ ਜਿੱਦਾਂ ਇਹ ਮੈਂ ਆਪਣੇ ਨਿੱਜੀ ਵਿਚਾਰ ਦੇ ਸਕਦਾ ਕਿ ਜਿੱਦਾਂ ਮੈਂ ਮਹਿਸੂਸ ਕਰਦਾ ਮੈਂ ਕਿ ਪੰਜਾਬ ਦੇ ਵਿੱਚ ਉਹ ਲਗਾਤਾਰ ਇੰਟਰਫੇਰੈਂਸ ਕਰ ਰਹੇ ਹੈ, ਉਹ ਆਪਦੀਆਂ ਮਨਾਈਆਂ ਕਰਕੇ ਪੰਜਾਬ ਦੇ ਲੋਕਾਂ ਨੂੰ ਤੇ ਖਾਸ ਕਰਕੇ ਭਗਵੰਤ ਸਿੰਘ ਮਾਨ ਉਹਨਾਂ ਨੂੰ ਕੰਮ ਨਹੀਂ ਕਰਨ ਦੇ ਰਹੇ। ਜੇ ਏਦਾਂ ਦਾ ਹੁੰਦਾ ਰਿਹਾ ਤਾਂ ਇਹਦਾ ਪ੍ਰਭਾਵ ਜਿਹੜਾ ਹੈਗਾ ਉਹ ਦੂਜਿਆਂ ਸੂਬਿਆਂ ਦੇ ਉੱਤੇ ਪੈਣਾ, ਚੋਣਾਂ ਹੋਲੇ ਆਉਣੀਆਂ ਨੇ ਦੂਜੇ ਸੂਬਿਆਂ ਦੇ, ਹਿਮਾਚਲ ਦੇ ਵਿੱਚ ਦੇਖੋ ਜਿਵੇਂ ਨਾਲ ਨਾਲ ਭਾਵੇਂ ਭਗਵੰਤ ਸਿੰਘ ਮਾਨ ਨੂੰ ਰੱਖਿਆ ਹੋਇਆ ਪਰ ਕਿਤੇ ਨਾ ਕਿਤੇ ਜਾ ਕੇ ਭਗਵੰਤ ਸਿੰਘ ਮਾਨ ਵੀ ਬੋਲੂ ਕਿ ਮੈਨੂੰ ਥੋੜਾ ਜਿਹਾ ਜਿਵੇਂ ਤੁਸੀਂ ਕਹਿਆ ਹੀ ਹੈ ਹੁਣ ਵੀ ਹੋਰ ਕਿੰਨਾ ਚਿਰ ਜਾਂ ਹੋਰ ਕਿੰਨਾ ਕੁ ਮਤਲਬ ਸਹੀ ਜਾਵਾਂ ਜਾਂ ਕਿੰਨਾ ਚਿਰ ਸਹੀ ਜਾਵਾਂ, ਏਦਾਂ ਗੱਲ ਹੋਊਗੀ ਨਾ।
ਤਾਂ ਕਿਤੇ ਨਾ ਕਿਤੇ ਜਾ ਕੇ ਜ਼ੁਬਾਨ ਵੀ ਖੁੱਲ ਜਾਂਦੀ ਹੈ। ਦੂਜਾ ਨਾਲ ਗੁਰਜਿੰਦਰ ਜੀ ਜਿਹੜੀਆਂ ਦੂਜੀਆਂ ਸਿਆਸੀ ਪਾਰਟੀਆਂ ਨੇ ਜਿਹਨਾਂ ਨੇ ਪੰਜਾਬ ਦੇ ਵਿੱਚ ਆਪਣੀ ਥਾਂ ਬਣਾਉਣੀ ਆ, ਉਹ ਤਾਂ ਐਂ ਕਹਿ ਲਓ ਕਿ ਸ਼ਿਕਾਰੀ ਵਾਂਗ ਬੈਠੀਆਂ ਨੇ ਉਹ। ਖਾਸ ਕਰ ਬੀਜੇਪੀ ਦੀ ਆਪਾਂ ਗੱਲ ਕਰੀਏ ਤਾਂ ਬੀਜੇਪੀ ਮਹਾਰਾਸ਼ਟਰ ਦਾ ਇੱਕ ਸਬੂਤ ਹੈ ਜਿਹੜਾ ਸਾਹਮਣੇ ਇਹਨਾਂ ਦੇ ਉਦਾਹਰਣ ਕਹਿ ਲਓ, ਸਬੂਤ ਵੀ ਦਿੱਤਾ ਅਗਲਿਆਂ ਨੇ, ਉਦਾਹਰਣ ਵੀ ਦਿੱਤੀ ਆ ਬੀਜੇਪੀ ਨੇ ਕਿ ਜੇ ਸਰਕਾਰ ਡਿੱਗਣੀ ਹੈ ਮਿੰਟੋ ਮਿੰਟੀ ਸੱਟ ਕੇ ਉਹ ਮਾਰਦੇ ਨੇ, ਭਾਵੇਂ ਕਿ ਵਫ਼ਾਦਾਰ ਬਹੁਤ ਸਿਪਾਹੀ ਬੈਠੇ ਨੇ ਇਹਦੇ ਪੰਜਾਬ ਸਰਕਾਰ ਦੇ ਵਿੱਚ ਜਿਹੜੇ ਅਰਵਿੰਦ ਕੇਜਰੀਵਾਲ ਦੇ ਨੇ, ਪਰ ਕਿਸੇ ਦਾ ਕੁਛ ਨੀ ਪਤਾ ਲੱਗਦਾ। ਸਿਆਸਤ ਹੈ ਇਹ, ਸਿਆਸਤ ਦੇ ਵਿੱਚ ਕੋਈ ਪਤਾ ਨੀ ਲੱਗਦਾ ਕਿੱਥੇ ਸ਼ਿਵ ਸੈਨਾ ਕੀ ਸੱਜੀ ਬਾਂਹ ਨਹੀਂ ਸੀ, ਉਧਰ ਬਿਠਾ ਕੇ ਕੀ ਸੱਜੀ ਬਾਂਹ ਨਹੀਂ ਸੀ ਭਾਜਪਾ ਦੀ, ਵਿਸ਼ਵ ਹਿੰਦੂ ਪਰਿਸ਼ਦ ਵਰਗੀਆਂ ਸੰਸਥਾਵਾਂ ਇਹ ਵੱਡੀਆਂ ਸੰਸਥਾਵਾਂ ਆਰ ਐਸ ਐਸ ਜਿਹਨਾਂ ਦੇ ਨਾਲ ਲੈ ਕੇ ਚੱਲਦੀ ਸੀ ਇਹਨਾਂ ਨੂੰ, ਜਦੋਂ ਉਧਰ ਬਿਠਾਕਰੇ ਦੇ ਬਣਨ ਦੀ ਗੱਲ ਆਈ ਸੀ ਇਹਨਾਂ ਤਾਂ ਫੜਨ ਵੀ ਸਕੇ ਕਰਕੇ ਉਹਨਾਂ ਨੇ ਉਧਰ ਬਿਠਾਕਰੇ ਨੂੰ ਢਾਹ ਨਹੀਂ ਲਾਈ, ਤੇ ਹੁਣ ਉਧਰ ਬਿਠਾਕਰੇ ਦੀ ਸਰਕਾਰ ਨੀ ਡੇਗਦੀ, ਕੋਈ ਪਤਾ ਨੀ ਲੱਗਦਾ ਕਿੱਥੇ। ਜਦੋਂ ਆਪਣਿਆਂ ਨੂੰ ਮੰਨ ਸਕਦੇ ਤਾਂ ਦੂਜਿਆਂ ਨੂੰ ਕੀ ਛੱਡਣਗੇ ਇਹ। ਤੋ ਆਪਸ਼ਨ ਤਾਂ ਹੁੰਦੀ ਆ, ਜੇ ਕੇਜਰੀਵਾਲ ਇਸ ਤਰ੍ਹਾਂ ਦੇ ਸਟੈਪ ਲੈਣੇ ਨਹੀਂ ਬੰਦ ਕਰ ਸਕਦੇ ਤਾਂ ਉਹਨਾਂ ਨੂੰ ਆਉਣ ਵਾਲੇ ਦਿਨਾਂ 'ਚ ਖਮਿਆਜਾ ਭੁਗਤਣਾ ਪੈ ਸਕਦਾ ਹੈ। MLA ਵੀ ਜਾ ਸਕਦੇ ਆ, ਵਿਧਾਇਕ ਵੀ ਜਾ ਸਕਦੇ ਆ। ਮੈਂ ਇਹ ਗੱਲ ਕਰਨ ਤੋਂ ਗੁਰੇਜ਼ ਨਹੀਂ ਕਰਦਾ ਕਿ ਕਿਤੇ ਨਾ ਕਿਤੇ ਜੇ ਭਗਵੰਤ ਮਾਨ ਹੋਰਾਂ ਨੂੰ ਵੀ ਲੱਗਿਆ ਕਿ ਸਰਕਾਰ ਡਿੱਗ ਸਕਦੀ ਹੈ ਜਾਂ ਮੈਨੂੰ ਕੰਮ ਹੀ ਨਹੀਂ ਕਰਨ ਦੇ ਰਹੇ, ਲੋਕਾਂ 'ਚ ਕਿਹੜਾ ਮੂੰਹ ਲੈ ਕੇ ਜਾਊ, ਜਾਂ ਲੋਕ ਜਿਹੜੀਆਂ ਦੇਖੋ ਜਿਹੜਾ ਜਿਹੜੀਆਂ ਚੀਜ਼ਾਂ ਲੈ ਕੇ ਭਗਵੰਤ ਸਿੰਘ ਮਾਨ ਹੋਰੀ ਤੁਰੇ ਸੀਗੇ, ਜੇ ਉਹ ਪੂਰੀਆਂ ਨਹੀਂ ਕਰਦੇ ਤਾਂ ਭਗਵੰਤ ਮਾਨ ਨੂੰ ਇਸ ਗੱਲ ਦਾ ਖੁਦ ਅੰਦਾਜ਼ਾ ਹੈਗਾ। ਜਿਸ ਬੰਦੇ ਨੇ ਬਕਾਇਦਾ ਤੌਰ ਤੇ ਵਿਅੰਗ ਦੇ ਰੂਪ ਵਿੱਚ ਸਿਸਟਮ ਨੂੰ ਫੇਲੀਅਰ ਦੱਸਿਆ ਹੋਇਆ, ਜਿਸ 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 ਬੰਦੇ ਨੇ ਸਕੂਲ ਪ੍ਰਾਇਮਰੀ ਸਕੂਲ ਤੋਂ ਲੈ ਕੇ IAS ਅਧਿਕਾਰੀਆਂ ਪੁਲਿਸ ਹੋਰ ਮਹਿਕਮਿਆਂ ਦੇ ਪਾਜ ਘੇੜੇ ਹੋਏ, ਉਹਨਾਂ ਨੂੰ ਨੀ ਪਤਾ ਕਿ ਲੋਕਾਂ ਨੂੰ ਕਿਹੜੀਆਂ ਤਕਲੀਫਾਂ ਝੱਲਣੀਆਂ ਪੈਂਦੀਆਂ ਨੇ, ਤੇ ਲੋਕ ਫਿਰ ਸੱਤਾ ਕਿਵੇਂ ਬਦਲ ਦਿੰਦੇ ਨੇ, ਜਾਂ ਕਾਂਗਰਸ ਦੇ ਅਕਾਲੀ ਦਲ ਦਾ ਨਤੀਜਾ ਤੇ ਸਾਹਮਣੇ ਨੀ ਹੈਗਾ, ਤੇ ਕੱਲ ਨੂੰ ਭਗਵੰਤ ਸਿੰਘ ਮਾਨ ਦੀ ਵਾਰੀ ਨੀ ਆ ਸਕਦੀ। ਉਹ ਚੀਜ਼ਾਂ ਸੋਚ ਕੇ ਭਗਵੰਤ ਸਿੰਘ ਮਾਨ ਵੀ ਕੋਈ ਨਾ ਕੋਈ ਸਟੈਪ ਲੈ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ। ਇਹ ਗੱਲ ਇਹਦੇ ਇਸ ਗੱਲ 'ਚ ਦੋ ਰਾਵਾਂ ਕੋਈ ਨੀ ਹੈਗੀਆਂ, ਆਪਾਂ ਬਾਅਦ 'ਚ ਗੱਲਾਂ ਕਰ ਲਓ। ਹੁਣ ਤਾਂ ਲੋਕਾਂ ਨੂੰ ਸਾਰਿਆਂ ਨੂੰ ਐਂ ਲੱਗਦਾ ਨਾ ਕਿ ਇਹ ਕਿਵੇਂ ਹੋ ਜਾਊਗਾ, ਐਂ ਹੋ ਜਾਊਗਾ, ਉਹ ਹੋ ਜਾਊਗਾ, ਇਹ ਬਹੁਤ ਸਾਰੀਆਂ ਗੱਲਾਂ ਹੁਣੀ ਹੁਣੀ ਹੋ ਵੀ ਚੁੱਕੀਆਂ ਨੇ ਜਿਹੜੀਆਂ ਕਦੇ ਸੋਚਿਆ ਵੀ ਨੀ ਹੋਣਾ ਕਿਸੇ ਨੇ, ਤੇ ਭਗਵੰਤ ਸਿੰਘ ਮਾਨ ਨੇ ਕਰ ਵੀ ਦਿੱਤੀਆਂ। ਤੇ ਪਰ ਐ ਕਹਿ ਲਓ ਕਿ ਆਉਣ ਵਾਲਾ ਸਮਾਂ ਖਤਰਨਾਕ ਹੋ ਸਕਦਾ ਹੈ ਪੰਜਾਬ ਦੇ ਆਮ ਆਦਮੀ ਪਾਰਟੀ ਸਰਕਾਰ ਦੇ ਲਈ। ਦੂਜੀ ਫਾਇਦੀ ਜਿਹੜੀ ਦੂਜੀ ਪਾਰਟੀ ਜਿਹੜੀ ਉਹ ਫਾਇਦਾ ਲੈ ਸਕਦੀ ਹੈ, ਜਿਵੇਂ ਉਹ ਕਹਿ ਦਿੰਦੇ ਆ ਨਾ ਦੋ ਬਿੱਲੀਆਂ ਦੀ ਲੜਾਈ ਦੇ ਵਿੱਚ ਬਾਂਦਰ ਖੱਟ ਜਾਂਦਾ, ਉਹ ਚੀਜ਼ ਹੋ ਸਕਦੀ ਹੈ। ਤੋ ਸੋਚ ਸਮਝ ਕੇ ਜਿਹੜਾ ਹੈਗਾ ਰਾਘਵ ਚੱਡਾ ਨੂੰ ਲੈ ਕੇ ਆਉਣਾ ਚਾਹੀਦਾ, ਜ਼ਰੂਰਤ ਨਹੀਂ ਹੈ। ਜਦੋਂ ਤੱਕ ਪੰਜਾਬ ਮਾਡਲ ਸਮਝ ਨਹੀਂ ਆਉਂਦਾ ਕਿਸੇ ਦੇ, ਪੰਜਾਬ ਦੇ ਵਿੱਚ ਹੋਰ ਲੋੜਾਂ ਨੇ, ਪੰਜਾਬ ਦੇ ਵਿੱਚ ਹੋਰ ਮਜਬੂਰੀਆਂ ਨੇ, ਪੰਜਾਬ ਦੇ ਵਿੱਚ ਹੋਰ ਸਮੱਸਿਆਵਾਂ ਮੁਸ਼ਕਲਾਂ ਨੇ ਜਿਹਨਾਂ ਨੂੰ ਹੱਲ ਕਰਨਾ ਕੇਵਲ ਤੇ ਕੇਵਲ ਪੰਜਾਬ ਉੱਤੇ ਨਿਰਭਰ ਕਰਦਾ, ਪੰਜਾਬ ਦੇ ਲੋਕਾਂ ਤੇ ਨਿਰਭਰ ਕਰਦਾ, ਪੰਜਾਬ ਦੀ ਇੰਡਸਟਰੀ ਜਾਂ ਪੰਜਾਬ ਦੀ ਖੇਤੀਬਾੜੀ ਜੋ ਹੈਗੀ ਆ ਉਹਤੇ ਨਿਰਭਰ ਕਰਦਾ, ਪੰਜਾਬ ਦੇ ਰੈਵਨਿਊ ਤੇ ਕੰਮ ਕਰਨਾ ਜਾਂ ਉਹਦੇ ਤੇ ਉਹਨੂੰ ਵਧਾਉਣਾ ਘਟਾਉਣਾ ਉਹਦੇ ਤੇ ਨਿਰਭਰ ਕਰਦਾ। ਇਹ ਸਾਰਾ ਕੁਛ ਦਿੱਲੀ ਤੇ ਨਿਰਭਰ ਨਹੀਂ ਕਰਦਾ ਕਿ ਤੁਸੀਂ ਦਿੱਲੀ ਦਾ ਨਾਂ ਲੈ ਕੇ ਦਿੱਲੀ ਦਾ ਮਾਡਲ ਲੈ ਕੇ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਦਿੱਲੀ ਦਾ ਵਾਤਾਵਰਨ ਹੋਰ ਹੈ, ਉਹ ਪੰਜਾਬ ਦੇ ਵਿੱਚ ਲਾਗੂ ਕਰਕੇ ਤੁਸੀਂ ਪੰਜਾਬ ਨੂੰ ਖੁਸ਼ਹਾਲ ਨਹੀਂ ਬਣਾ ਸਕਦੇ। ਨਾਲ ਇਹ ਵੀ ਹੈਗਾ ਕਿ ਕੇਜਰੀਵਾਲ ਆ ਕੇ ਇਕੱਲਾ ਇਹ ਕਹੇ ਕਿ ਮੈਂ ਹੀ ਸੁਪਰੀਮੋ ਹਾਂ ਤੇ ਮੈਂ ਹੀ ਚਲਾਊਂਗਾ, ਜਿਵੇਂ ਦੇਸ਼ ਚਲਾਉਣਾ ਹੁੰਦਾ ਹੈ ਸਾਰੀਆਂ ਸਟੇਟਾਂ ਦੇ ਵਿੱਚ, ਤਾਂ ਕਿਤੇ ਨਾ ਕਿਤੇ ਇਹ ਖੇਡ ਮੇਰੇ ਖਿਆਲ ਨੁਕਸਾਨ ਕਰ ਸਕਦੀ ਆਮ ਆਦਮੀ ਪਾਰਟੀ ਦਾ। ਜੀ ਪਰਮਿੰਦਰ ਜੀ, ਪੰਜਾਬ ਦਾ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਲ, ਜੋ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਹੋਇਆ VC ਦੇ ਨਾਲ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਆਹ ਵਿਵਾਦ ਵਧੂਗਾ? VC ਸਾਹਿਬ ਨੇ ਅਸਤੀਫਾ ਦੇ ਦਿੱਤਾ, ਅੰਮ੍ਰਿਤਸਰ ਦੇ ਦੋ ਡਾਕਟਰਾਂ ਨੇ ਵੀ ਅਸਤੀਫਾ ਦਿੱਤਾ। ਹਾਲਾਂਕਿ ਜੇਕਰ ਤੁਹਾਡੇ ਕੋਲ ਕੈਬਨਿਟ ਰੈਂਕ ਹੈਗਾ, ਤੁਹਾਡੇ ਕੋਲ ਸੱਤਾ ਦੀ ਪਾਵਰ ਹੈਗੀ ਹੈ, ਤਾਂ ਫਿਰ ਤੁਸੀਂ ਆਪਣੇ ਬਰਾਬਰ ਦੇ ਬੰਦਿਆਂ ਨੂੰ ਕਿਵੇਂ ਡੀਲ ਕਰਨਾ? ਤੁਹਾਡੇ ਬਰਾਬਰ ਦੇ ਜੋ ਅਹੁਦੇਦਾਰ ਨੇ ਉਹ ਵੀ ਤੁਹਾਨੂੰ ਇੱਕ ਤੁਹਾਡੇ ਕੰਮ ਕਾਜ ਦੇ ਵਿੱਚ ਲਹਿਜ਼ਾ ਹੋਣਾ ਬਣਦਾ। ਇਹ ਨਹੀਂ ਹੁੰਦਾ ਹੈਗਾ ਕਿ ਆਪਾਂ ਲੋਕਾਂ ਨੂੰ ਦਿਖਾਉਣ ਦੇ ਲਈ ਆਪਣੇ ਸਾਹਮਣੇ ਕੈਮਰਾ ਲਾ ਕੇ ਅਸੀਂ ਬੜੇ ਦਬੰਗ ਆ, ਅਸੀਂ ਤਾਕਤਵਰ ਹਾਂ, ਸਾਨੂੰ ਪਤਾ ਕਿ ਸਾਨੂੰ ਲਾਈਵ ਅਸੀਂ ਫੇਸਬੁੱਕ ਤੇ ਕੀਤਾ ਹੋਇਆ ਤੇ ਸਾਨੂੰ ਜਨਤਾ ਦੇਖ ਰਹੀ ਹੈ, ਅਸੀਂ VC ਮੰਜੇ ਤੇ ਲਟਾ ਦਿੱਤਾ। ਇਹ ਨਹੀਂ ਹੁੰਦਾ ਹੈਗਾ। ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਮਾਮਲੇ ਤੇ? ਦੋ ਪੱਖ ਨੇ ਗੁਰਜਿੰਦਰ ਜੀ ਦੇ ਤੇ। ਪਹਿਲਾ ਪੱਖ ਦਾ ਜਿਹੜਾ ਤੁਸੀਂ ਕਲੀਅਰ ਕੀਤਾ ਹੀ ਆ, ਵੀ ਇੱਕ +2 ਪਾਸ ਬੰਦਾ ਹੋਵੇ, ਸਿਹਤ ਮੰਤਰੀ ਬਣ ਗਿਆ ਹੋਵੇ, ਤੇ ਜਿਹੜਾ ਇੱਕ VC IAS ਆਫੀਸਰ ਜਾਂ PCS ਆਫੀਸਰ ਹੁੰਦੇ ਨੇ ਜਾਂ VC ਹੋਣਾ ਕਿਸੇ ਯੂਨੀਵਰਸਿਟੀ ਦਾ,
ਉਹਦੇ ਨਾਲ ਜਾ ਕੇ ਤੁਸੀਂ ਬਦਸਲੂਕੀ ਕਰਨੀ ਹੈ ਜਾਂ ਉਹਨੂੰ ਸਮਝਾਉਣ ਦਾ ਤਰੀਕਾ ਤੁਹਾਡਾ ਗਲਤ ਹੋ ਗਿਆ ਜਾਂ ਪਾਵਰ ਦਿਖਾਉਣੀ ਜਾਂ ਸੱਤਾ ਦੇ ਨਸ਼ੇ ਵਿੱਚ ਚੂਰ ਹੋਣਾ, ਇੱਕ ਇੱਕ ਜਿਹੜੀ ਸਟੱਡੀ ਹੁੰਦੀ ਹੈ ਨਾ, ਐਜੂਕੇਸ਼ਨ ਕਹਿ ਲਓ, ਐਜੂਕੇਸ਼ਨ ਦਾ ਤਾਂ ਗੈਪ ਤਾਂ ਹੁੰਦਾ ਹੀ ਹੈ। ਇਹ ਇੰਨਾ ਇਹ ਇੰਨਾ ਵੀ ਉਹ ਨਹੀਂ ਹੁੰਦਾ ਕਿ ਲੱਖਾਂ ਰੁਪਇਆ ਲਾ ਕੇ ਜੇ ਕੋਈ ਮਿਹਨਤਾਂ ਕਰਕੇ ਦਿਨ ਰਾਤ ਪੜ੍ਹਾਈ ਹਾਸਲ ਕਰਕੇ ਕਿਸੇ ਮੁਕਾਮ ਤੇ ਪਹੁੰਚ ਰਿਹਾ ਤੇ ਉਹਨੂੰ ਇੱਕ ਪਲੱਸ ਟੂ ਪਾਸ ਬੰਦਾ ਕੈਬਨਿਟ ਰੈਂਕ ਲੈ ਕੇ ਤੇ ਉਹਨੂੰ ਜਾ ਕੇ ਏਦਾਂ ਉਹਦੇ ਨਾਲ ਬਦਸਲੂਕੀ ਕਰੇ ਜਾਂ ਬੇਇੱਜ਼ਤ ਕਰੇ, ਉਹ ਚੰਗੀ ਗੱਲ ਨਹੀਂ ਹੁੰਦੀ। ਕਮੀਆਂ ਪੇਸ਼ੀਆਂ ਹੈਗੀਆਂ ਨੇ ਤੇ ਤੁਸੀਂ ਉਹਨਾਂ ਨੂੰ ਦੂਰ ਕਰੋ। ਉਹਨਾਂ ਨੂੰ ਦੂਰ ਕਰਨ ਦੇ ਤਰੀਕੇ ਨੇ, ਕੋਈ ਟਾਈਮ ਦਿਓ, ਕੋਈ ਲਿਮਿਟ ਟਾਈਮ ਦੀ ਦੇ ਦਿਓ। ਤੁਸੀਂ ਜਿਹੜਾ ਕੋਈ ਦਿਖਾਉਣਾ ਉਹ ਕੈਮਰਿਆਂ ਅੱਗੇ ਦਿਖਾ ਦਿਓ। ਜੇ ਤੁਹਾਨੂੰ ਲੱਗਦਾ ਕਿ ਚਾਅ ਹੈ ਬੜਾ ਬਹੁਤ ਕੈਮਰਿਆਂ ਦੇ ਅੱਗੇ ਆਉਣ ਦਾ, ਕੋਈ ਗੱਲ ਨਹੀਂ, ਤੁਸੀਂ ਉਹ ਚੀਜ਼ਾਂ ਦਿਖਾ ਦਿਓ ਜਿਹੜੀਆਂ ਗਲਤ ਨੇ ਉੱਥੇ, ਤੇ ਉਹਨਾਂ ਨੂੰ ਸੁਧਾਰਨ ਵਾਸਤੇ 2-4 ਦਿਨ 24 ਘੰਟੇ ਮਿਨੀਮਮ ਤੋਂ ਮਿਨੀਮਮ ਟਾਈਮ ਦੇ ਦਿਓ ਕਿ ਤੁਸੀਂ ਆਹ ਵੀਸੀ ਬਣੇ ਬੈਠੇ ਹੋ, ਤੁਹਾਨੂੰ ਮੈਨੂੰ 2 ਦਿਨਾਂ 'ਚ ਠੀਕ ਹੋਣਾ ਚਾਹੀਦਾ, ਮੈਂ ਦੁਬਾਰੇ ਦੌਰਾ ਕਿਸੇ ਟਾਈਮ ਵੀ ਕਰ ਸਕਦਾ, ਚੈੱਕ ਕਰ ਸਕਦਾ। ਸਰਕਾਰ ਵੱਲੋਂ ਸਹੂਲਤਾਂ ਨੇ ਜਿਹੜੀਆਂ ਉਹਨਾਂ ਦਾ ਜਾਇਜ਼ਾ ਲਓ, ਕਿੱਥੇ ਪੈਸਾ ਲੱਗਿਆ ਕਿੱਥੇ ਨਹੀਂ ਲੱਗਿਆ, ਉਹ ਗੱਲਾਂ ਵੱਖ ਨੇ, ਠੀਕ ਹੈ, ਸਾਰਾ ਕੁਛ ਹੋਣਾ ਚਾਹੀਦਾ, ਹੋਣਾ ਵੀ ਚਾਹੀਦਾ। ਇਹ ਜਦੋਂ ਸਰਕਾਰ ਲੋਕਾਂ ਨੂੰ ਦੇ ਰਹੀ ਹੈ ਤਾਂ ਲੋਕਾਂ ਕੋਲ ਸਹੂਲਤਾਂ ਕਿਉਂ ਨਹੀਂ ਪਹੁੰਚਦੀਆਂ, ਠੀਕ ਹੈ। ਤੇ ਏਦਾਂ ਬੇਇੱਜ਼ਤ ਕਰਨਾ ਕਿਸੇ ਨੂੰ ਉਹ ਗਲਤ ਗੱਲ ਹੈ, ਬਦਸਲੂਕੀ ਕਰਨੀ ਗਲਤ ਗੱਲ ਹੈ, ਆਪਣੀ ਪਾਵਰ ਦਾ ਗਲਤ ਇਸਤੇਮਾਲ ਕਹਿ ਲਓ ਕੀਤਾ ਗਿਆ ਉੱਥੇ। ਤੇ ਉਹਦੇ ਇਵਜ਼ ਵਜੋਂ ਵੀਸੀ ਨੇ ਅਸਤੀਫਾ ਦੇ ਦਿੱਤਾ, 2 ਡਾਕਟਰਾਂ ਨੇ ਵੀ ਅਸਤੀਫਾ ਦਿੱਤਾ ਅੰਮ੍ਰਿਤਸਰ ਦਿਆਂ ਨੇ, ਵਿਵਾਦ ਵਧਣਾ ਵੀ ਹੈਗਾ। ਇਹ ਅਸੀਂ ਸਰਾਸਰ ਕਹਿੰਦੇ ਕਿ ਕਾਬਲੀਅਤ ਜਿਹੜੀ ਹੋਣੀ ਚਾਹੀਦੀ ਹੈ ਬੰਦੇ ਦੇ ਵਿੱਚ, ਜਿਹਨੂੰ ਜਿਹੜਾ ਕਾਬਲ ਹੈ ਬੰਦਾ ਉਸਨੂੰ ਏਦਾਂ ਦੇ ਰੈਂਕ ਦੇਣੇ ਚਾਹੀਦੇ ਨੇ ਜਿੱਥੇ ਬੰਦੇ ਨੂੰ ਆਪਣੀ ਰੈਪੂਟੇਸ਼ਨ ਦਾ ਵੀ ਪਤਾ ਹੋਵੇ, ਆਪਣੀ ਸਟੱਡੀ ਦੇ ਅਕੋਰਡਿੰਗ ਉਹਨੂੰ ਤਜਰਬਾ ਵੀ ਹੋਵੇ ਵੀ ਮੇਰਾ ਤਜਰਬਾ ਕੀ ਕਹਿੰਦਾ, ਕਿੱਦਾਂ ਗੱਲ ਕਰਨੀ ਚਾਹੀਦੀ ਆ, ਕੀ ਮਾਇਨੇ ਨੇ ਇਹਨਾਂ ਉੱਚੀਆਂ ਪਦਵੀਆਂ ਦੇ, ਇਹਨਾਂ ਉੱਚੀਆਂ ਪਦਵੀਆਂ ਦੀ ਰਿਸਪੈਕਟ ਕੀ ਹੈ, ਉਹ ਸਾਰਾ ਕੁਛ ਪਤਾ ਹੋਏਗਾ ਤਾਂ ਹੀ ਹੈ ਨਾ। ਪਰ ਲੇਕਿਨ ਯੋਗ ਹੋਊਗਾ ਬੰਦਾ ਤਾਂ ਹੀ ਹੈ। ਹੁਣ ਇੱਕ ਯੋਗ ਬੰਦੇ ਨੂੰ ਤੁਸੀਂ ਲਿਆ ਕੇ ਸੀਟ ਦੇ ਦਿੰਦੇ ਹੋ ਤੇ ਉਹ ਫਿਰ ਇੱਦਾਂ ਦੇ ਰਿਜ਼ਲਟ ਆਉਣੇ ਮੇਰੇ ਖਿਆਲ ਨਾਲ ਸੁਭਾਵਿਕ ਹੀ ਨੇ। ਦੂਜਾ ਪੱਖ, ਅਸਤੀਫਾ ਦੇਣਾ ਵੀਸੀ ਸਾਹਿਬ ਦਾ, ਮੈਂ ਇਹਨੂੰ ਵੀ ਬਹੁਤਾ ਹੁਣੀ ਸਮਝਦਾ ਕਿ ਬਹੁਤ ਵਧੀਆ ਕੰਮ ਕਰ ਲਿਆ ਉਹਨਾਂ ਨੇ। ਅਸਤੀਫੇ ਦੇਣੇ ਸੀਗੇ ਡਾਕਟਰਾਂ ਨੇ, ਉਦੋਂ ਦੇਣੇ ਸੀਗੇ ਨਾ ਜਦੋਂ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੇ ਵਿੱਚ ਘਾਟ ਆਉਂਦੀ ਹੈ, ਜਦੋਂ ਉਹਨਾਂ ਕੋਲ ਇਕਿਉਪਮੈਂਟ ਲਈ ਪੈਸਾ ਨਹੀਂ ਹੁੰਦਾ, ਜਦੋਂ ਲੋਕਾਂ ਵਾਸਤੇ ਕੰਮ ਕਰਨ ਲਈ ਇਹ ਤਦੋਂ ਤਨਖਾਹਾਂ 1.5-2-4-4-5-5-10-10 ਲੱਖ ਰੁਪਇਆ ਲੈਂਦੇ ਨੇ ਤਨਖਾਹਾਂ ਦਾ, ਤਾਂ ਉਹਨਾਂ ਨੂੰ ਪਤਾ ਕਿ ਹਸਪਤਾਲਾਂ ਦੇ ਵਿੱਚ ਇਹ ਸਹੂਲਤਾਂ ਦੀ ਘਾਟ ਹੈ, ਇਹ ਦਵਾਈਆਂ ਨਹੀਂ ਹੈਗੀਆਂ, ਇਹ ਮਰੀਜ਼ਾਂ ਦੀ ਪਰੇਸ਼ਾਨੀ ਹੈ, ਇੱਥੇ ਲਾਈਟ ਨਹੀਂ ਹੈਗੀ, ਇੱਥੇ ਵੱਡੇ ਵੱਡੇ ਹਾਦਸੇ ਵਾਪਰ ਜਾਂਦੇ ਹੈ, ਨਿਊ ਬੋਰਨ ਬੇਬੀ ਬਿਜਲੀ ਸਰਕਟ ਨਾਲ ਅੱਗ ਲੱਗ ਗਈ ਜੀ, ਸ਼ਾਰਟ ਸਰਕਟ ਹੋ ਗਿਆ ਜੀ, ਠੀਕ ਹੈ, ਜਦੋਂ ਜਨਰੇਟਰ ਨਹੀਂ ਹੁੰਦੇ, ਜਦੋਂ ਬੈੱਡ ਨਹੀਂ ਹੁੰਦੇ, ਜਦੋਂ ਸਫਾਈਆਂ ਨਹੀਂ ਹੁੰਦੀਆਂ, ਜਦੋਂ ਸਟਾਫ ਦੀ ਘਾਟ ਹੈ, ਉਦੋਂ ਸਰਕਾਰ ਦੇ ਖਿਲਾਫ ਜਾ ਕੇ ਕਿਉਂ ਨਹੀਂ ਅਸਤੀਫੇ ਦਿੰਦੇ। ਠੀਕ ਹੈ, ਬਦਸਲੂਕੀ ਹੋਣੀ ਮਾੜੀ ਹੈ, ਬੇਇੱਜ਼ਤ ਹੋਣਾ ਮਾੜਾ ਗੱਲ ਹੈ, ਕਿਸੇ ਵੱਲੋਂ ਬੇਇੱਜ਼ਤ ਕੀਤਾ ਗਿਆ ਸੀ ਇਹ ਨਹੀਂ ਕਹਿੰਦੇ, ਠੀਕ ਹੈ, ਲੇਕਿਨ ਅਸਤੀਫਾ ਵੀ ਠੀਕ ਨਹੀਂ ਹੈ। ਅਸਤੀਫਾ ਦੇਣਾ ਬਣਦਾ ਸੀ ਉੱਥੇ ਹੀ ਜਦੋਂ ਪਤਾ ਕਿ ਇਹਨਾਂ ਦੇ ਹਸਪਤਾਲ ਦੇ ਵਿੱਚ ਬੈੱਡ ਨਹੀਂ ਹੈਗੇ, ਜਦੋਂ ਪਤਾ ਇਹਨਾਂ ਦੇ ਹਸਪਤਾਲ ਦੇ ਵਿੱਚ ਫਟੇ ਹੋਏ ਗੱਦੇ ਨੇ, ਤਾਂ ਕਿਉਂ ਲੁਕੋਇਆ ਗਿਆ ਚਿੱਟੀਆਂ ਚਾਦਰਾਂ ਪਾ ਕੇ? ਉਦੋਂ ਅਸਤੀਫੇ ਦੇਣੇ ਬਣਦੇ ਸੀ ਸਾਡੇ ਹਸਪਤਾਲਾਂ ਚ, ਪ੍ਰਾਈਵੇਟ ਹਸਪਤਾਲ ਜਿੱਥੇ ਇਹ ਪ੍ਰਾਈਵੇਟ ਪ੍ਰੈਕਟਿਸ ਕਰਦੇ ਨੇ, ਉਹਨਾਂ ਹਸਪਤਾਲਾਂ ਦੇ ਵਿੱਚ ਕਿਸੇ ਚੀਜ਼ ਦੀ ਘਾਟ ਹੁੰਦੀ ਹੈ? ਜਾਂ ਕੀ ਇਸੇ ਜਰਾ ਜਿੰਨੀ ਕੁ ਸਫਾਈ ਨਾ ਹੋਵੇ ਜਾ ਕੇ ਸੀਟ ਤੇ ਬਹਿ ਜਾਣਗੇ ਕਿਸੇ ਹਸਪਤਾਲ ਤੇ ਪ੍ਰਾਈਵੇਟ? ਤੋ ਆਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਦੋਨੋਂ ਪਾਸੇ ਘਾਟ ਹੈਗੀ ਆ। ਅੱਜ ਅਸਤੀਫੇ ਦੇਣੇ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ ਕਿ ਅਸਤੀਫਾ ਦੇ ਤਾ ਬੇਇੱਜ਼ਤੀ ਹੋ ਗਈ। ਠੀਕ ਹੈ, ਆਪਣੀ ਰੈਪੂਟੇਸ਼ਨ ਵਾਸਤੇ ਅਸਤੀਫਾ ਦਿੱਤਾ, ਲੋਕਾਂ ਵਾਸਤੇ ਤਾਂ ਨਹੀਂ ਦਿੱਤਾ ਹੈਗਾ, ਲੋਕਾਂ ਵਾਸਤੇ ਪਹਿਲਾਂ ਦੇਣਾ ਚਾਹੀਦਾ ਸੀ। ਪਿਛਲੀਆਂ ਸਰਕਾਰਾਂ ਵੇਲੇ ਸਰਕਾਰੀ ਹਸਪਤਾਲਾਂ ਦਾ ਜਲੂਸ ਨਿਕਲਿਆ ਪਿਆ, ਕਿੱਟਾਂ ਨਹੀਂ ਹੈਗੀਆਂ ਟੈਸਟਾਂ ਵਾਸਤੇ, ਕਿੱਟਾਂ ਨਹੀਂ ਹੈਗੀਆਂ, ਦਵਾਈਆਂ ਨਹੀਂ ਹੈਗੀਆਂ ਮਰੀਜ਼ਾਂ ਦੇ ਲਈ, ਸਾਰੇ ਸਰਕਾਰੀ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਕਰ ਰਹੇ ਨੇ, ਸਟਾਫ ਨਹੀਂ ਹੈਗਾ ਪੂਰਾ, ਜੇ ਸਟਾਫ ਹੈਗਾ ਲੋਕਾਂ ਨਾਲ ਬਦਸਲੂਕੀ ਕਰਦਾ, ਠੀਕ ਹੈ, ਉਦੋਂ ਕਿੱਥੇ ਜਾਂਦੇ? ਸੀਟਾਂ ਤੇ ਬੈਠ ਕੇ ਕੇਵਲ ਤਨਖਾਹ ਲੈਣ ਵਾਸਤੇ ਤਾਂ ਨਹੀਂ ਹੈਗੇ। ਠੀਕ ਹੈ, ਇੱਕ ਘੱਟ ਪੜ੍ਹੇ ਲਿਖੇ ਮਿਨਿਸਟਰ ਦਾ ਜਿਹੜਾ ਰਵੱਈਆ ਗਲਤ ਹੈ, ਲੇਕਿਨ ਕੁਛ ਗੱਲਾਂ ਤਾਂ ਜਾਇਜ਼ ਨੇ ਨਾ, ਜਿਹੜੀਆਂ ਗੱਲਾਂ ਜਾਇਜ਼ ਨੇ ਉਹਨਾਂ ਲਈ ਪਹਿਲਾਂ ਅਸਤੀਫੇ ਦੇਣੇ ਚਾਹੀਦੇ ਸੀ, ਸਰਕਾਰ ਨੂੰ ਵਾਰਨਿੰਗ ਦੇਣੀ ਚਾਹੀਦੀ ਸੀ, ਨਾ ਕਿ ਕਿਸੇ ਮੰਤਰੀ ਨੂੰ ਦੇਣੀ ਚਾਹੀਦੀ ਸੀ। ਸਰਕਾਰ ਨੂੰ ਵਾਰਨਿੰਗਾਂ ਦਿੰਦੇ, ਅਕਾਲੀ ਸਰਕਾਰ ਵੇਲੇ ਦਿੰਦੇ, ਕਾਂਗਰਸ ਵੇਲੇ ਦਿੰਦੇ, 10 ਸਾਲ ਅਕਾਲੀ ਸਰਕਾਰ ਰਹੀ ਆ, ਇਹਨਾਂ ਨਾਲ ਵੀ ਕਰ ਸਕਦੇ ਜੀ। ਹਾਂਜੀ ਪਰਮਿੰਦਰ ਜੀ, ਇਹ ਸਵਾਲ ਵੀ ਉੱਥੇ ਹੋ ਸਕਦਾ ਸੀ ਜਦੋਂ ਚੇਤਨ ਸਿੰਘ ਜੋੜੇ ਮਾਜਰਾ ਸਿਹਤ ਮੰਤਰੀ ਉੱਥੇ ਆਏ, ਉਹਨਾਂ ਨੂੰ ਪੁੱਛਦੇ ਕਿ ਤੁਸੀਂ ਸਾਡੀ ਜੋ ਹੋਸਪਿਟਲ ਹੈ ਸਾਡੇ ਕੋਲ 500 ਬੈੱਡ ਦਾ, ਕਿ ਤੁਸੀਂ ਬਜਟ ਦੇ ਲਈ ਕਿੰਨਾ ਪੈਸਾ ਰੱਖਿਆ, ਉਹ ਆਪਣਾ ਡਰਾਫਟ ਨਾਲ ਲੈ ਕੇ ਆਉਂਦੇ, ਪਰ ਉੱਥੇ ਸਵਾਲ ਕਰਦੇ ਉਹਨਾਂ ਨੂੰ
जिन्ना तुसी बजट दे विचों रखिया सानू इहदे च तुसी इशू किन्ना पैसा करता, जिन्ना पैसा इशू करता फिर मंत्री साहब पुछदे कि इन्ना पैसा थोनू आ गया दसो किथे किथे लाया तुसी, ओ असली गल तां कोई आउंदा नहीं हैगा। नहीं इहनां कोल मेरी गल फिर तुसी उत्थे ही आ जांदी ना, जे एजुकेशन हुंदी पहले ते गल इहनां कोल अलंकड़े नहीं होणे सेहत मिनिस्टर साहब कोल। सवाल करदे मंत्री नूं किते गए, इन्हां नूं तनखाहां ना मिलन फिर सड़कां ते आ जांदे आ, बाकी लोगों नू चाहे कोई डॉक्टर ना मिले, चाहे किसी का ऑपरेशन गलत हो गया, चाहे किसी नू स्टाफ नर्स ने गालां कढ़ दियां, चाहे किसी नू सफाई कर्मचारी ने गालां कढ़ दियां, जे सफाई का माड़ा हाल आ ठीक है उदों नहीं, उदों कोई सड़क ते नहीं आता, कोई डॉक्टर किसी का धरना नहीं लाता, कोई स्टाफ नर्स नहीं लाते, इन्हां दे एक दिन एक महीने तनखाह रुक जाण देखो किवें आ जांदे सड़कां ते। आ गल बेइज्जती होई आ लोगों की, आम लोगों की रोज हुंदी है, उहदी जिम्मेवारी भी इन्हां दी बणदी है। मैं ये बार बार मैं दोबारे फिर कह रहा, मैं इस गल की प्रोढ़ता नहीं कर रहा कि सेहत मिनिस्टर ने ठीक किया, सेहत मिनिस्टर ने गलत किया, एक पढ़े लिखे इंसान की इंसल्ट करनी माड़ी गल है, उन्हें समझाने का तरीका, उसके साथ गल करने का तरीका सलीका होना चाहिए, तरीका होना चाहिए, लियाकत होनी चाहिए है किसी पढ़े लिखे बंदे नाल गल करन दी। मंत्री का मतलब यह थोड़ी है भी तुसी जाके किसी पढ़े लिखे बंदे नूं जां आईएएस पीसीएस ऑफिसर नूं तुसी जाके इदां बोलोगे, वो नहीं, वो गलत आ। पर अस्तीफा भी गलत है, जे इदा अस्तीफा अज दिता तो पहला दिया जाना चाहिए सीगा, ये उदो मानते कि ये डॉक्टर जा ये बीसी सुहिरद है, अज सारे कुर्सियां मल्ली बैठे ने, पंजाबी यूनिवर्सिटी के विच बीसी भी कुर्सी मल्ली बैठे है, वो कहिंदे घाटे च चल रही है जी, उत्थे तो जे उत्थों दा स्टाफ दी आरटी पा के देख लो तुसी, अद्धे तो वध स्टाफ उत्थे पंजाबी यूनिवर्सिटी विच काम करन वाले मुलाजमां दा, कुछ पत्रकारां दा, कुछ होर जाण पछाण दा, कोई पोलीटिकल अप्रोचां वाले ते बैठे बिना गल तों, जिन्हां कोल कोई योग्यता नहीं हैगी। खेतीबाड़ी यूनिवर्सिटी च देख लो जदों घाटे च जा रही ने, जदों सरकारां उन्हां नाल धक्का करदियां ने, उदों अस्तीफे क्यों नहीं दे के सड़कां ते आउंदे हैगे, सरकारां दे विरुद्ध उदों पता हुंदा कि फ्री च मिल रही है पैसा, तनखाह आ रही है बैठे रहो। सो मैं दोनों चीजां की गलत कहना कि दोनों चीजा गलत होंदियां ने, जो होंदियां ने इहदा विवाद नवा विवाद है सरकार नूं फैलाएगा। बिल्कुल रमिंदर जी, एक खबर पंचायती जो विभाग है सरकार का वह लगातार सरगर्म है कि असी पंचायती जमीना तो कब्जे छुड़वाने ने, दूजे पास बुद्धिजीवी तबका यह भी सवाल खड़ा करता कि आने वाले समय के विभाग में अदालती कार्रवाइया का सामना करना पै सकता जिस तरह की कार्रवाई हैगी है। बीते कल भी जमीन छुड़वाई गई ने, वड्डा नाम सिमरनजीत सिंह मान जो पंथ नाल संबंधित ने, पंथक सियासत नाल संबंधित ने, उन्होंने बेटे के नाम बेटी के नाम कहते कुछ जमीन सी जिद तो कब्जा छुड़वाया गया, पर इनू लैके भी दो पक्ष जरूर बन गए ने, अदालत की जो कमेंटरी है वह भी सामने आ चुकी है उस मामले के उत्ते, बाकी दूजा कहते कोई ना नहीं थां नहीं, वह भी काफ़ी मतलब कह सकते हैं कि आप जो लोग सवाल चुकते हैं कहते हैं कि जो इन्हों लगता सरकार कि जेकर सानू 24 के कितना कितों टक्कर मिल सकती है तो सिमरजीत सिंह मान का जो उभार है उस करके फोकस इन्होंने सारा उत्थे करता, दो तरह के विचार ने, तुसी की सोचते हो सारे मामले? देखो जी जमीना की जो जमीना कह लो छुड़ाइया जा रही ने पंचायती जमीना 9000 एकड़ तो वह कह रहे हैं छुड़ाई गई है हूँ तक, उसके इमान सिंह मान उन्होंने नाम से ज सिमरजीत सिंह मान हों बाकी परिवारक मैंबर के नाम से जिन्ना कुछ हैगा नजायज तौर पर जिन्होंने दसिया जा रहा कथित तौर पर आप कह लो नजायज दसया जा रहा है कि इन्होंने कब्जे किए हुए हैं, उन्होंने छुड़ाया गया 128 एकड़ जमीन कही जा रही है कि उतो छुड़ाई है। ये भगवंत सिंह मान का बयान आया कि मैं कहा कि पहाड़ियाँ थले पैसा दबिया होया उतो कढ़ांगे, ठीक है ये गल मैं इस गल नाल सहमत हाँ कि जे जमीन छुड़ाई गई है पहली तो गल जो जे कोई कंट्रोल हो गया अपने हाथ दे विच ना जमीन नहीं कोई छड़दा हुंदा, ये गल आपां नूं भली भांत जानदे आ आपां पिंडां दे रहिण वाले आ, एक इंच नहीं अगला जान दिंदा कि भी कोई भी कुछ भी हो जाए चाहे कोर्ट तक जाना पवे चाहे पुलिस का सहारा लेना पवे चाहे आप खड़ना पवे बंदा खड़दा जाके
128 एकड़ जमीन कोई थोड़ी नहीं होंगी है। दूजी गल है कि 128 एकड़ जमीन जे अज रौला पे है चाहे छड़ाई हो जाके छड़ा रहे हैं तो उदो प्रूफ क्यों नहीं पेश किए गए कि हैगी है क्यों नहीं दावा जताया गया कि साढ़े को चीजा पे अज पता ही आप गरदौरी कराने मिणती कराने कुछ भी कराने सानू प्रूफ लट्ठा सब कुछ लिया के दें कि साढ़े बजुर्गों के ना ही असं पुराने थान तो खरीदी आ कर सब पता होंगे ना। जे जे इदा गल है सी इमान सिंह मान उन्हां दी जायज जमीन सीगी तां प्रूफ नहीं पेश हुए हाल तक ठीक है बाद जो मर्जी करियो। दूजी गल जिहड़ी तुसीं गल कही है कि अदालतां दे चक्करां च पैणा पऊगा अदालत तां सारिआं लई खुल्ली है गुरजिंदर जी कोई भी खड़ सकदा जाके सरकार भी खड़ सकदी है दूजे बंदे भी खड़ सकदे ने अदालती चक्कर तां पैणा ही पैणा इहदे विच कोई दो रावां नहीं हैगीआं पैंदा भी हैगा हुण सुप्रीम कोर्ट दे नवें वी तां बयान आए हुए ने सत्त साल का जिदा कहता उन्होंने कब्जा है कब्जकार पक्ष च जा रहा फैसला लेकिन प्रूफ तो कोई ना कोई मांगने ना सुप्रीम कोर्ट भी कह रही है प्रूफ देना चाहिए पेगा कोई ना कोई तो चलो खैर वह गल वक्री है कोर्टा का सहारा कौन दिंदा ये आने वाले समय के होगा। लेकिन एक जिहड़ा वीक पॉइंट गया है वह सिमरजीत सिंह मान उन्हों का गया है कि सिमरजीत सिंह मान हो रही जिहड़े पंथक तौर पर विचरे है जां इमानदारी की गल करते हैं जां चंगी सोच की गल करते हैं जां पंजाब बचाउण की गल करते हैं पंजाबियों की गल करते हैं पंजाबी की गल करते हैं सभ्याचार की पंथ की धर्म की सारे की गल करते हैं तो अपने आप को साफ सुथरा इमानदार पोलीटिशन मानते हैं वो एक जिहड़ा कि आह 128 एकड़ वाला कलंक लग गया आप कह लो इहनूं धोणा बड़ा औखा होगा आने वाले समय के जो चोन लड़नी पेगी क्वेश्चन तो हो गए जो सची मुची नजायज दबी हुई वह होर भी औखा होगा जी तुम गल की 2024 जो कोई टक्कर दे सकता है वह है भी यही है पर गल यह भी नहीं कि सिमरजीत सिंह मान हो रही ही कले टक्कर देने बट हाँ पंजाब दे विच रीजनल पार्टी के तौर पर आम आदमी पार्टी को जो टक्कर दे सकता तो वह सिमरजीत सिंह मान का धड़ा ही है लेकिन अजिहियां गलतियां करके सिमरजीत सिंह मान हो रही अपने बारी आप ही कुहाड़ा मार रहे हैं जिवें भगत सिंह वाला छेड़िया विवाद हुण कहिंदे जी उह इमान सिंह मान ने कहता कि उत्थे सिख अजायब घर च ना फोटो लाओ जी उह कहड़ा सिख सीगा इन्हां गल्लां दा कोई फायदा ही नहीं हैगा। लोड़ तां है सी काम करन दी काम करिया जांदा हुण अकाली दल भी वीक है कांग्रेस भी वीक है आम आदमी पार्टी की सरकार अपने आप तुलदी हुई आ सिमरजीत सिंह मान कोल बड़ा वड्डा इक चांस सी ਇਹ ਥੋੜੇ ਦਿਨਾਂ ਦੇ ਵਿੱਚ ਸਾਲ ਸਵਾ ਸਾਲ ਜੋ ਰਹਿੰਦਾ ਹੈਗਾ ਇਹਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਪੰਜਾਬ ਦਾ ਭ੍ਰਮਣ ਕਰਕੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਦੇ ਫਿਰਦੇ ਤੁਰਦੇ ਤੇ ਮੇਰੇ ਖਿਆਲ ਵੱਡੀ ਤਕੜੀ ਇੱਕ ਮਜ਼ਬੂਤ ਪਾਰਟੀ ਜਾਂ ਧੜਾ ਖੜਾ ਕਰ ਸਕਦੇ ਸੀਗੇ ਪਰ ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ ਖਾਸ ਕਰਕੇ ਜ਼ਮੀਨਾਂ ਦੱਬ ਕੇ ਇੱਦਾਂ ਦਾ ਅੱਗੇ ਆਉਣਾ ਜਾਂ ਜ਼ਮੀਨਾਂ ਦੱਬੀਆਂ ਹੋਈਆਂ ਦੇ ਕੇਸ ਖੁੱਲ੍ਹਣੇ ਜਾਂ ਇੱਦਾਂ ਦੇ ਵਿਵਾਦਮਈ ਬਿਆਨ ਦੇਣੇ ਜਿਹੜੇ ਹੈਗੇ ਉਹ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਦਾ ਅਕਸ ਜਿਹੜਾ ਹੈਗਾ ਉਹ ਖਰਾਬ ਕਰਦੇ ਨੇ। ਪਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਖਬਰਾਂ ਦੇ ਵਿਚਾਰ ਚਰਚਾ ਕਰਨ ਦੇ ਲਈ ਧੰਨਵਾਦ। ਸ਼ੁਕਰੀਆ ਗੁਰਜਿੰਦਰ ਜੀ ਧੰਨਵਾਦ ਜੀ। ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਤੁਸੀਂ ਬਣੇ ਰਹੋ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਤੋਂ ਧੰਨਵਾਦ।